वाहेगुरु जी का खालसा वाहेगुरु जी की फतेह। मेरा नाम गुरप्रीत सिंह, पिंड मौसा श्री गुरु अर्जन देव जी गुरद्वारा साहब माता गंगा जी। रात घटना हुई है जी, गोलक भन्नी गई है सचखंड साहब जी का, शीशा भन्या गया अंदर, ठीक है जी। तो परसों रात के कहते कैमरे बंद है, कल का सारा दिन लंघिया। मैनेजर साहब हुण आप भजदे आ जिम्मेवारी तो, ठीक है जी। मौके पर कहते आके गल करो, ये हुण उन्हां नूं देखना चाहिए जी। उत्थे कोई चौकीदार नहीं हुंदा रखिआ? चौकीदार हुण देख लो अपने गुरद्वारा साहब दो आ जी, चौकीदार एक आ। चलो रात का कहें हो गया घटनाक्रम, सवेरे कहें चार बजे का कहें प्रशासन को फोन किया, साढ़े अठे चल के आ गए आ गए आ, ठीक है जी। तो मुड़ के आ हजे तो कोई प्रशासन का बंदा नहीं इतने पहुँचा है। ये कहें भी असी 4 बजे कॉल की, 4 बजे 6 बजे तो 8:30 बजे आ, नहीं नहीं सवेरे 4 बजे कहें कॉल की। तो इन्हों को घटनाक्रम की कोई नहीं वीडियो नहीं बनाई हैगी, ठीक है जी। सारा साफ सफाइया करता आ, तो हमने मौके तो भाई दे माड़ा मोटा अपना दसन हूँ यदा जी घटना हुई जिम्मेवारी दसन भी जिम्मेवार कौन बनता है। कैमरे देखो जी कहते भी परसों रात नेरी चली आ, ठीक है जी। परसों रात नेरी चल गई करके कल अपना दिन सारा लंघिया ही है, दिन च इन्हों का फर्ज बनता कि नहीं चेक करन दा। एक नंबर होर, क्योंकि सारिया हदायतों ने चाहे प्रशासन वालों चाहे गुरद्वारा कमेटी वालों भी गुरु घर का ध्यान रखो, माहौल यह जहाँ सिरजा जा रहा, हाँ ये बारे नहीं पूछा तुम इन्हों? पुछते हैं जी, हूँ वो अपने कहें जी यही गलती है साड़ी, गलती ना इदा गल नहीं बननी हैगी, गलती मानते हैं गलती इदा हूँ कलो, ठीक है जी। अज चोरी हुई है, कल जो मान लो बेअदबी हो जाती है, उन्हें अपना लिखत खुआ भी साढ़े को लिखती भी किन्ने महाराज के सरूप आ, इतने गिनती करवा, ठीक है जी। हजे तो यही कहता आया भी कुछ नहीं होया, सिर्फ गोलक का होया आ, ये जिम्मेवार मौका सारा दिखाउण तां दफ्तर च बह के गल नहीं होनी हैगी, सारी संगत दे बह के बिच गल करन अपनी। चलो जी, हाँ जी सर, ਹਾਂਜੀ ਮੈਨੇਜਰ ਸਾਹਿਬ, ਅੱਜ ਜਿਹੜੀ ਆ ਸਵੇਰੇ ਤੜਕੇ ਚੋਰੀ ਹੋਈ ਆ ਗੁਰਦੁਆਰਾ ਸਾਹਿਬ ਅਤੇ ਮਾਤਾ ਗੰਗਾ ਜੀ ਦੇ ਗੁਰਦੁਆਰੇ, ਹਾਂਜੀ ਇਹਦੇ ਬਾਰੇ ਦੇ ਉੱਤੇ ਜਾਣਕਾਰੀ ਕਿੱਦਾਂ ਕੀ ਸਾਰੀ ਘਟਨਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਗੰਗਾ ਜੀ ਜੋ ਗੁਰੂ ਘਰ ਹੈ ਉਹਦਾ ਪ੍ਰਬੰਧ ਵੀ ਇਸ ਗੁਰਦੁਆਰਾ ਸਾਹਿਬ ਦੇ ਨਾਲ ਹੈ। ਸਵੇਰੇ ਅੰਮ੍ਰਿਤ ਵੇਲੇ 4:45 ਸੇਵਾਦਾਰ ਪ੍ਰਕਾਸ਼ ਕਰਨ ਵਾਸਤੇ ਬਾਹਰੋਂ ਜੰਦਾ ਖੋਲ੍ਹਣ ਵਾਸਤੇ ਪਿੰਡ ਦੀ ਸੰਗਤ ਵੀ ਨਾਲ ਸੀ ਮੌਤ ਸਾਹਿਬ ਦੀ, ਜੋ ਗਿਆ ਅਤੇ ਉਹਨਾਂ ਜੰਦਾ ਖੋਲ੍ਹਿਆ ਅਤੇ ਅੰਦਰ ਵੇਖਿਆ ਵੀ ਗੁਰਦੁਆਰਾ ਸਾਹਿਬ ਦੀ ਗੋਲਕ ਜਿਹੜੀ ਆ ਉਹਦੇ ਜੰਦੇ ਟੁੱਟੇ ਆ, ਕੋਲ ਪਏ ਆ ਪਰ ਗੋਲਕ ਦਾ ਸ਼ਟਰ ਚੁੱਕਿਆ ਹੋਇਆ। ਉਹਨਾਂ ਨੇ ਤੁਰੰਤ ਜਾਣਕਾਰੀ ਮੈਨੂੰ ਦਿੱਤੀ, ਮੈਂ ਡਿਊਟੀ ਪਰ ਆਏ ਗੁਰਦੁਆਰਾ ਇੰਸਪੈਕਟਰ ਨਾਲ ਲੈ ਕੇ ਮੌਕਾ ਵੇਖਿਆ। ਮੌਕੇ 'ਤੇ ਜਾ ਕੇ ਦੇਖਿਆ ਕਿ ਪਿਛਲੇ ਪਾਸਿਓਂ ਸੋ ਖਾਸਣ ਵਾਲੇ ਕਮਰੇ ਦੇ ਵਿੱਚੋਂ ਪਿਛਲੇ ਪਾਸਿਓਂ ਗ੍ਰਿਲ ਪੁੱਟ ਕੇ ਸ਼ੀਸ਼ੇ ਦੀ ਕੁੰਡੀ ਪੁੱਟ ਕੇ ਫਿਰ ਅੰਦਰੋਂ ਦਰਵਾਜ਼ੇ ਦਾ ਸ਼ੀਸ਼ਾ ਤੋੜ ਕੇ ਅੰਦਰੋਂ ਗੋਲਕ ਉਹ ਤੋੜ ਕੇ ਗੋਲਕ ਬਿਜਲੀ ਜਿੰਨੀ ਵੀ ਮਾਇਆ ਸੀ ਉਹ ਲੈ ਕੇ ਫਰਾਰ ਹੋ ਗਿਆ। ਉਹਦੀ ਜਾਣਕਾਰੀ ਜਿਹੜੀ ਮੈਂ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜ ਦਿੱਤੀ ਸੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਵੀ ਦੇ ਕੇ ਆਇਆ ਜੀ। ਪੁਲਿਸ ਪ੍ਰਸ਼ਾਸਨ ਨੂੰ ਕਿੰਨੇ ਵਜੇ ਦਿੱਤੀ? ਸਵੇਰੇ 8 ਵਜੇ ਜੀ, 7:30-8 ਵਜੇ। ਅਤੇ ਤੁਸੀਂ ਜਦੋਂ ਉੱਧਰ ਫੋਨ ਕੀਤਾ ਆ ਸ਼੍ਰੋਮਣੀ ਕਮੇਟੀ ਨੂੰ ਤਾਂ ਉਦੋਂ ਹੀ ਉਸੇ ਟਾਈਮ ਪੁਲਿਸ ਨੂੰ ਫੋਨ ਪਤਾ ਨਹੀਂ ਕੀਤਾ? ਕਿੱਦਾਂ ਜੀ? ਉਹਨੂੰ ਉਸੇ ਟਾਈਮ ਪਤਾ ਨਹੀਂ ਕੀਤਾ ਪੁਲਿਸ? ਮੈਂ ਦਫ਼ਤਰ ਨੂੰ ਜਾਣਕਾਰੀ ਦੇ ਦਿੱਤੀ ਜੀ। ਉਸੇ ਟਾਈਮ ਪੁਲਿਸ ਨੂੰ ਕਦੋਂ ਫੋਨ ਕੀਤਾ ਤੁਸੀਂ? ਦੇਖੋ 4:45 ਅੰਮ੍ਰਿਤ ਵੇਲੇ ਸੰਗਤ ਦਾ ਆਉਣ ਦਾ ਟਾਈਮ ਸੀ, ਮੱਸਿਆ ਦਾ ਦਿਹਾੜਾ ਆ। ਹਾਂਜੀ ਹਾਂਜੀ, ਜਿਹੜੀ ਇਹ ਕੈਮਰੇ ਸੀ ਪਰਸੋਂ ਰਾਤ ਨੂੰ ਇੱਥੇ ਨਹੀਂ ਪੂਰੇ ਪੰਜਾਬ ਦੇ ਵਿੱਚ ਝੱਖੜ ਤੂਫਾਨ ਆਇਆ ਉਹਦੇ ਕਰਕੇ ਗੁਰਦੁਆਰਾ ਸਾਹਿਬ ਦੀ ਬਾਹਰਲੀ ਲਾਈਟ ਔਰ ਮਾਤਾ ਗੰਗਾ ਜੀ ਵਾਲੇ 3 ਕੈਮਰੇ ਜਿਹੜੇ ਚੱਲਦੇ ਸੀ ਉਹਨਾਂ ਦੀ ਤਾਰ ਖਰਾਬ ਹੋਣ ਕਰਕੇ ਬੰਦ ਹੋ ਗਏ। 17 ਤਰੀਕ ਨੂੰ ਕੈਮਰੇ ਵਾਲੇ ਇੱਥੇ ਮਕੈਨਿਕ ਆਇਆ, ਉਹਨੇ ਸਾਰੇ ਚਾਲੂ ਕਰਕੇ ਸਾਰੇ ਚੈੱਕ ਕੀਤੇ ਜੀ। ਕੋਈ ਲੋਕੇਸ਼ਨ ਨਹੀਂ ਆਈ ਉਹਦੇ ਵਿੱਚ। ਕੈਮਰੇ ਖਰਾਬ ਨਹੀਂ ਗਈ, ਪਰਸੋਂ 17 ਤਰੀਕ ਨੂੰ ਚਾਲੂ ਕੀਤਾ ਜੀ ਉਹਨੇ ਮੁੰਡੇ ਨੇ ਜਿਹੜਾ ਸਿਕਿਉਰਿਟੀ ਗਾਰਡ। ਦੇਖੋ ਜੀ ਇੱਕ ਹੀ ਉੱਧਰ ਵੀ ਗੇੜਾ ਮਾਰਦਾ, ਇੱਧਰ ਬਕਾਇਦਾ ਉੱਥੇ ਰਾਤ ਬੰਦੇ ਰਹਿੰਦੇ ਆ, ਕੁਆਟਰ ਬਣੇ ਸਾਡੇ ਉੱਥੇ, ਸੇਵਾਦਾਰ ਸਾਡੇ ਹੈਗੇ ਨੇ। ਹਾਂਜੀ ਹਾਂਜੀ ਲਈ ਹੈ ਜੀ, ਉਹ ਕਹਿੰਦੇ ਸਾਨੂੰ ਕੋਈ ਪਤਾ ਨਹੀਂ ਬਾਰੇ। ਜਿਹੜੀ ਤੁਸੀਂ ਸਾਫ਼ ਸਫਾਈ ਉੱਥੇ ਕੀਤੀ ਹੈ ਕੀ ਪੁਲਿਸ ਆਉਣ ਤੋਂ ਬਾਅਦ ਨਹੀਂ ਸੀ ਹੋ ਸਕਦੀ ਕੋਈ ਉਹਨੂੰ ਫਿੰਗਰ ਪ੍ਰਿੰਟ ਲੈਣੇ ਜਾਂ ਕੋਈ ਆਪਣੀ? ਦੇਖੋ ਜੀ ਸਵੇਰੇ ਸੰਗਤ ਅੰਮ੍ਰਿਤ ਵੇਲੇ ਮੱਸਿਆ ਦਾ ਦਿਹਾੜਾ ਹੈ, ਪ੍ਰਕਾਸ਼ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਉਹ ਸ਼ੀਸ਼ਾ ਟੁੱਟਾ ਸੀ ਉਹ ਸ਼ੀਸ਼ਾ ਚੁਕਾ ਕੇ ਹੋਰ ਉੱਥੇ ਕੋਈ ਖਿਲਾਰਾ ਨਹੀਂ ਪਿਆ, ਖਾਲੀ ਸ਼ੀਸ਼ਾ ਟੁੱਟਾ ਸੀ। ਉਹਦੀ ਕੋਈ ਵੀਡੀਓ ਤੁਹਾਡੇ ਕੋਲ ਬਣਾਈ? ਹਾਂਜੀ ਹਾਂਜੀ ਕਿੱਦਾਂ ਜੀ? ਨਹੀਂ ਕੋਈ ਨਹੀਂ ਵੀਡੀਓ ਬਣਾਈ ਜੀ, ਤੁਹਾਡੇ ਦੇਖਿਆ ਜਾਵੇ ਕਦੇ ਨਾ ਕਦੇ ਗਲਤੀ ਵੀ ਇਹਦੇ ਵਿੱਚ ਪਾਉਂਦੀ। ਕਿਵੇਂ ਜੀ? ਕਿਵੇਂ ਜੀ? ਹਾਂਜੀ ਸਰ, ਜੋ ਮਾਮਲੇ ਵਿੱਚ ਅੱਜ ਆਏ ਹਨ ਚੋਰੀ ਦਾ ਮਾਮਲਾ ਸਾਹਮਣੇ ਆਇਆ, ਕੀ ਤੁਹਾਡੇ ਕੋਲ ਕਾਰਵਾਈ ਕੀਤੀ ਜਾ ਰਹੀ? ਅਸੀਂ ਮੌਕੇ 'ਤੇ ਪੁੱਜੇ ਹਾਂ, ਮੌਕੇ 'ਤੇ ਪੁੱਜ ਕੇ ਮੌਕਾ ਦੇਖਿਆ ਆ, ਜੋ ਵੀ ਤੱਤ ਸਾਹਮਣੇ ਆਉਣਗੇ ਉਹਦੇ ਮੁਤਾਬਕ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ। ਜਿਹੜਾ ਕੋਈ ਦੋਸ਼ੀ ਪਾਇਆ ਜਿਹਦੀ
किसी की अणगहली पाई वो खिलाफ़ कार्रवाई की। चकना नहीं चाहिए फिर भी असं तफ्तीश कर रहे हैं, जो भी तत् सामने आने कार्रवाई अमल च लेंगे।